अक्सर कहता होता हूँ महफिल करवाने वाले के खलूस पे डिपेंड करता है किस अकीदत से उसने महफिल सजाई है। महफिल में खुद ही रूहानियत आती है। मैं बहुत शुक्र गुजार हूँ मेरे बड़े प्यारे भाई तसव्वुर हुसैन मुस्तफ़ाई साहब, आपने इस महफिल के लिए मुसलसल रब्ता रखा है और हुक्म किया। अल्लाह पाक आप पे भी अपना फजल फरमाए, करम फरमाए, अपनी रहमत फरमाए। मुझे किधर गए हैं मेहरान भाई, आगाज मैंने कुछ और करना था लेकिन मैं एक कलाम मैंने पढ़ा था हजरत शाह हुसैन का लिखा हुआ, उनकी काफी है। आपने आते मुझे फरमाइश कर दी, अब पता नहीं आप उसको शौक से सुनते हैं या सिर तो ही लंग जाएगी। आप दी फरमाइश है, एक फकीर दा कलाम। जदों भी कोई फकीर कोई गल लिखद ना वह मेरे तुहाडे वास्ते नहीं लिखता, ओदी डायरेक्ट अल्लाह नाल लौ लगी होंदी। वो अपनी मस्ती दे विच लिखदे जिहड़ी भी गल लिखदे ने। माशाल्लाह गुलाम यासिन भाई बैठे, अल्लाह आपनूं भी सलामत रखे। असूले बरकत वास्ते कोई जुबान खामोश ना रहे, जिहड़ियां फरमाइशां काफ़ी सारियां, कोई दो दो अशार पेश करदे हां। जल्दी जल्दी मैं हाजिरी पेश करनी है। मुहब्बत दे नाल बावाज़े बुलंद दुरूदे पाक उच्ची आवाज़ नाल सारे पढ़ो। हाँ ओ सल्लल्लाहु अलैका या हाथ खड़ा करके सल्लल्लाहु अलैका या रसूल वसल्लम अलैका या हबीब मौला। रब्बा मेरे हाल दम है रम तो हाल दम हाल तमे हाल तमे तू
ਥੋੜੀ ਜਿਹੀ ਚਲਾ ਸਕਦੇ ਹੋ, ਬਾਕੀ ਸਾਫਟਨੈਸ ਮੇਰੇ ਜਿੰਨੇ ਬਜ਼ੁਰਗ ਬੈਠੇ ਨੇ ਸਾਰਿਆਂ ਨੂੰ ਸਮਝ ਆਏ ਮੈਂ ਕੀ ਕਹਿ ਰਿਹਾ। ਕਿਆ ਬਾਤ ਹੈ, ਇਹਦਾ ਮਤਲਬ ਗੱਲ ਹੈ ਵੀ ਵਧੀਆ। ਮੇਰੇ ਕੋ ਐ ਨੀ ਹੋਣਾ ਕਿਉਂ ਜੀ ਰਿਜ਼ਵਾਨ ਭਾਈ, ਰਿਜ਼ਬਾ ਮੇਰੇ ਹਾਲ ਦਮੇ ਹੈ ਰੰਬ ਤੂੰ। ਅੱਲਾ ਉਹਦਾ ਹੱਥ ਕਿਸੇ ਦਾ ਮਸਾਜ ਨਾ ਕਰੇ, ਜਿਹੜਾ ਸੱਜਾ ਹੱਥ ਚੁੱਕ ਕੇ ਮੇਰੇ ਨਾਲ ਰਲ ਕੇ ਕਹੇਗਾ ਤੂੰ ਹੀ ਤੂੰ, 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 ਹਾਂ ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ। ਹੱਥ ਸਲਾਮਤ ਹੱਥ ਚੁੱਕ ਕੇ ਗਏ ਹਾਲ ਦਮੇ ਹੈ ਰੰਬ ਤੂੰ, ਹਾਲ ਦਮੇ ਹੈ ਰੰਬ ਤੂੰ, ਹਾਲ ਦਮੇ ਹੈ ਰੰਬ ਤੂੰ, ਹਾਲ ਦਮੇ ਹੈ ਰੰਬ ਤੂੰ। ਤੂੰ
ਵਾਰੀ ਜਿੰਨੇ ਵੀ ਬੈਠੇ ਹੋ, ਮੈਂ ਕਿਹਾ ਰੱਬਾ ਮੇਰੇ ਹਾਲ ਦਾ ਮਹਿਰਮ ਤੂੰ। ਇਹਦੇ ਨਾਲ ਮੈਂ ਦੁਆ ਕਰਨਾ ਯਾ ਅੱਲਾ, ਜਿਹੜਾ ਅੱਜ ਦੀ ਕੋਈ ਵੀ ਦਿਲੀ ਹਾਜਾਤ ਮੁਰਾਦਾਂ ਆਸਾਂ ਪੂਰੀਆਂ ਕਰਨਾ ਚਾਹੁੰਦਾ ਹੈ ਅੱਜ ਖਾਲੀ ਨਹੀਂ ਜਾਏਗਾ, ਕਿਉਂਕਿ ਅੱਜ ਦੋਵਾਂ ਜਹਾਨਾਂ ਦੇ ਮਾਲਕ ਦੀ ਮਹਿਫਲ ਆਉਂਦੀ ਹੈ ਭਾਈ। ਇਹ ਕਿਵੇਂ ਹੋ ਸਕਦਾ ਹਜ਼ੂਰ ਦੀ ਮਹਿਫਲ 'ਚ ਬੰਦਾ ਬਹਿ ਕੇ ਹਜ਼ੂਰ ਦਾ ਵਾਸਤਾ ਪਾ ਕੇ ਮੰਗੇ ਅਤੇ ਮੇਰੇ ਆਕਾ ਚੋਲੀ ਨਾ ਭਰਨ? ਦਿੰਦਾ ਅੱਲਾ ਹੀ ਜੇ, ਦਿੰਦਾ ਕੌਣ ਹੈ? ਵੰਡਦੇ ਮੇਰੇ ਆਕਾ। ਕੌਣ ਦੇਤਾ ਹੈ ਦੇਣੇ ਕੋ ਮੂੰਹ ਚਾਹੀਏ, ਦੇਣੇ ਵਾਲਾ ਹੈ ਸੱਚਾ ਹਮਾਰਾ ਨਬੀ। ਵੰਡਣ ਦੀ ਡਿਊਟੀ ਮੇਰੇ ਆਕਾ ਦੀ ਰਿਜ਼ਵਾਨ ਬਾਈ ਲੱਗੀ, ਦੇਣਾ ਤੇ ਅੱਲਾ ਨੂੰ ਹੀ ਆਉਂਦਾ। ਇੱਕ ਵਾਰੀ ਮੇਰੇ ਨਾਲ ਇੰਝ ਹੱਥ ਖੜਾ ਕਰਨਾ, ਬੇਸ਼ੱਕ ਮੇਰੇ ਬਜ਼ੁਰਗ ਹੱਥ ਚੁੱਕਣ ਜਾਂ ਨਾ ਚੁੱਕਣ, ਜਿਹੜੇ ਜਵਾਨ ਜਵਾਨ ਹੱਥ ਚੁੱਕ ਕੇ ਕਹਿਣਾ ਮੇਰੇ ਨਾਲ, ਤੂੰ ਹੀ 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 ਤੂੰ। ਅੱਲਾਹੁ 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 ਅੱਲਾਹੁ
ਡੋਲਣ ਦੀ ਕੋਈ ਮਿਸਲ ਨੀ ਡੋਲਣ ਦੀ ਚੁੱਪ ਕਰ ਮੇਰੇ ਅਲੀ ਚੁੱਪ ਕਰ ਮੇਰੇ ਅਲੀ ਚੁੱਪ ਕਰ ਮੇਰੇ ਅਲੀ ਚੁੱਪ ਕਰ ਮੇਰੇ ਅਲੀ ਜਾਨ ਨੂੰ ਬੋਲਣ ਦੀ ਅੱਲਾਹੂ ਅੱਲਾਹੂ ਅੱਲਾਹ ਅੱਲਾਹੂ ਸਕੂਨ ਆਇਆ ਸੁਭਾਨ ਲਗੇ ਹੱਥ ਖੜਾ ਕਰਕੇ ਜੀ ਜੀ ਅੱਛਾ ਜੀ ਠੀਕ ਹੈ ਜੀ ਇੱਕ ਇਸ ਤੋਂ ਬਾਅਦ ਉਹ ਮੈਂ ਪੇਸ਼ ਕਰ ਇਹ ਵੀ ਮੇਰਾ ਇੱਕ ਕਲਾਮ ਬੜਾ ਮਕਬੂਲ ਹੋਇਆ ਅੱਲਾ ਨੇ ਇਸ ਕਲਾਮ ਦੇ ਸਦਕੇ ਬੜੀ ਇੱਜ਼ਤ ਨਾਲ ਚੀਜ਼ ਨੂੰ ਅਦਾ ਕੀਤੀ ਹੈ ਬੜੇ ਖੂਬਸੂਰਤ ਦੋ ਤਿੰਨ ਅਸ਼ਾਰ ਕਿਉਂਕਿ ਇਹਦੀ ਫਰਮਾਇਸ਼ ਵਟਸਐਪ 'ਤੇ ਪਤਾ ਨਹੀਂ ਹੋਣ ਪਹਿਲੇ ਤਾਂ ਪਰਚੀਆਂ 'ਤੇ ਲਿਖ ਕੇ ਭੇਜਦੇ ਸਨ ਨਾ ਹੋਣ 'ਤੇ ਮੋਬਾਈਲ 'ਤੇ ਵਟਸਐਪ 'ਤੇ ਫਰਮਾਇਸ਼ ਆਉਂਦੀ ਇਹ ਪੜ੍ਹਨਾ ਕੋਈ ਕਹਿੰਦਾ ਇਹ ਪੜ੍ਹਨਾ ਫਾਸਟ ਦੌਰ ਹੋ ਗਿਆ ਮੈਂ ਦੋ ਅਸ਼ਾਰ ਪੇਸ਼ ਕਰ ਰਿਹਾ ਸਮਝਨੇ ਨੇ ਮੇਰੇ ਦੋ ਤਿੰਨ ਸ਼ੇਰ ਇਹ ਬੱਚਿਆਂ ਨੂੰ ਖਮੋਸ਼ ਕਰਾਓ ਜ਼ਰਾ ਇੱਕ ਦੋ ਬੱਚੇ ਹਾਂ ਹੋ ਮੈਂ ਕੁਛ ਵੀ ਨਹੀਂ ਹੋ ਮੇਰੀ ਔਕਾਤ ਹੀ ਕਿਆ ਹੈ ਮੈਂ ਕੁਛ ਵੀ ਨਹੀਂ ਹੋ ਕੁਛ ਵੀ ਨਹੀਂ ਹੋ ਤੇਰੀ ਔਕਾਤ ਹੀ ਕਿਆ ਹੈ ਮੈਂ ਕੁਛ ਵੀ ਨਹੀਂ ਹੋ ਤੇਰੀ ਔਕਾਤ ਹੀ ਕਿਆ ਹੈ ਜੋ ਕੁਛ ਵੀ ਮੇਰੇ ਪਾਸ ਹੈ ਜੋ ਕੁਛ ਵੀ ਮੇਰੇ ਪਾਸ ਹੈ ਆਕਾ ਕੀ ਅਤਾ ਜੋ ਕੁਛ ਵੀ ਮੇਰੇ ਪਾਸ ਹੈ ਆਕਾ ਕੀ ਅਤਾ ਹੈ ਜੋ ਕੁਛ ਵੀ ਮੇਰੇ ਪਾਸ ਹੈ ਆਕਾ ਕੀ ਅਤਾ ਹੈ ਜੋ ਕੁਛ ਵੀ ਮੇਰੇ ਪਾਸ ਹੈ ਆਕਾ ਕੀ ਅਤਾ ਹੈ ਇੱਕ ਵਾਰੀ ਜਵਾਨ ਜਵਾਨ ਬੰਦੇ ਸਜਾਦ ਛੋਕੇ ਡਾਲ ਕੇ ਕਹਿਣਗੇ ਮੇਰੇ ਨਾਲ ਸੱਲੇ ਅੱਲਾ ਨਬੀਨਾ ਸੱਲੇ ਅੱਲਾ ਮੁਹੰਮਦ ਸੱਲੇ ਅੱਲਾ ਨਬੀਨਾ ਸੱਲੇ ਅੱਲਾ ਮੁਹੰਮਦ ਸੱਲੇ ਅੱਲਾ ਨਬੀਨਾ ਸੱਲੇ ਅੱਲਾ ਮੁਹੰਮਦ ਤਾਜਦਾਰੇ ਖਤਮ ਨਬੂਵਤ ਸਫੀਨਾ ਸੱਲੇ ਅਲਾ ਮੁਹੰਮਦ ਮੈਂ ਕੁਛ ਵੀ ਨਹੀਂ ਹੂੰ ਮੇਰੀ ਔਕਾਤ
ਸਾਥ ਹੀ ਕਿਆ ਹੈ ਮਹਿਰਾਨ ਭਾਈ ਜੋ ਕੁਛ ਵੀ ਮੇਰੇ ਪਾਸ ਹੈ ਆਕਾ ਕੀ ਅਤਾ ਹੈ ਰਹਿੰਦੇ ਹੋ ਯਾਰ ਰਹਿੰਦੇ ਬੈਠੋ ਬਹਿ ਜਾਓ ਸੁਭਾਨ ਅੱਲਾ ਮਾਸ਼ਾ ਥੋੜ੍ਹਾ ਜਿਹਾ ਅੱਲਾ ਸਲਾਮਤ ਰੱਖੇ ਕਾਦਰੀ ਸਾਊਂਡ ਸਲਾਮਤ ਰਹੋ ਸਮਝ ਆਈ ਜੇ ਮੈਂ ਕੁਛ ਵੀ ਨਹੀਂ ਜਿਹੜਾ ਬੰਦਾ ਚੌਧਰੀ ਬਣ ਕੇ ਬੈਠਾ ਹੋਵੇ ਉਹਨੇ ਮੇਰੇ ਨਾਲ ਕੀ ਪੜ੍ਹਨਾ ਕਿ ਮੈਂ ਕੁਛ ਵੀ ਨਹੀਂ ਹੂੰ ਮੇਰੇ ਨਾਲ ਤੇ ਉਹਨੇ ਬੋਲਣਾ ਜਿਹੜਾ ਆਕਾ ਦਾ ਕਮੀ ਬਣ ਕੇ ਆਇਆ ਅੱਜ ਉਹਨੇ ਮੇਰੇ ਨਾਲ ਕਹਿਣਾ ਮੈਂ ਕੁਛ ਵੀ ਨਹੀਂ ਹੂੰ ਮੇਰੀ ਔਕਾਤ ਹੀ ਕਿਆ ਹੈ ਜੋ ਕੁਛ ਵੀ ਮੇਰੇ ਪਾਸ ਹੈ ਆਕਾ ਕੀ ਅਤਾ ਹੈ ਇਹ ਵੇਖੋ ਪਹਿਲਾਂ ਮਿਸਰਾ ਸੁਣਨਾ ਜਿਹਦੇ ਸੀਨੇ 'ਚ ਠੰਡ ਪੈਣ ਲੱਗੀ ਹੈ ਔਰ ਕਹੇਗਾ ਵਾਕਈ ਸੱਚੀ ਗੱਲ ਕਰ ਗਿਆ ਉਹ ਮੇਰੇ ਨਾਲ ਰਲ ਕੇ ਕਹਿਣ ਲੱਗਾ ਹਸਨੇ ਨੇ ਕੇ ਨਾਨਾ ਕੀ ਸਖਾਵਤ ਪੇ ਮੈਂ ਗੁਰਬਾ ਹਸਨੇ ਨੇ ਕੇ ਨਾਨਾ ਹੱਥ ਚੱਕੀ ਸਖਾਵਤ ਪੇ ਮੈਂ ਗੁਰਬਾ ਹਸਨੇ ਨੇ ਕੇ ਨਾਨਾ ਕੀ ਸਖਾਵਤ ਪੇ ਮੈਂ ਗੁਰਬਾ ਹਸਨੇ ਨੇ ਕੇ ਨਾਨਾ ਸਵਾਲਤ ਪੇ ਮੈਂ ਗੁਰਬਾ ਹਸਨੇ ਨੇ ਕੀ ਨਾਨਾ ਕੀ ਸਵਾਲਤ ਪੇ ਮੈਂ ਗੁਰਬਾ ਇੱਕ ਬਾਰ ਕਹਾ ਥਾ ਇੱਕ ਬਾਰ ਕਹਾ ਥਾ ਮੁਝ ਸੋ ਬਾਰ ਮਿਲਾ ਹੈ ਸੋ ਬਾਰ ਮਿਲਾ ਹੈ ਹਸਨੇ ਨੇ ਨਾਨਾ ਕੀ ਸਖਾਵਤ ਪੇ ਮੈਂ ਗੁਰਬਾ ਹਸਨੇ ਨੇ ਨਾਨਾ ਕੀ ਸਖਾਵਤ ਪੇ ਮੈਂ ਗੁਰਬਾ ਹਸਨੇ ਨੇ ਨਾਨਾ ਕੀ ਸਖਾਵਤ ਪੇ ਮੈਂ ਗੁਰਬਾ ਸੋ ਬਾਰ ਮਿਲਾ ਹੈ ਅੱਛਾ ਜਿਹਨੂੰ ਮਿਲੀ ਹੈ ਸਜਾ ਚੁੱਕੇ ਕਹੇਗਾ ਇੱਕ ਬਾਰ ਕਹਾ ਥਾ ਕੁਝ ਸੋ ਬਾਰ ਮਿਲਾ ਹੈ ਇੱਕ ਬਾਰ ਕਹਾ ਥਾ ਕੁਝ ਸੋ ਬਾਰ ਮਿਲਾ ਹੈ ਇੱਕ ਬਾਰ ਕਹਾ ਥਾ ਸੋ ਬਾਰ ਮਿਲਾ ਹੈ ਹਾਂ ਇੱਕ ਬਾਰ ਕਹਾ ਥਾ ਮੁਝੇ ਸੋ ਬਾਰ ਮਿਲਾ ਹੈ ਇੱਕ ਬਾਰ ਕਹਾ ਥਾ ਮੁਝੇ ਸੋ ਬਾਰ ਮਿਲਾ ਹੈ ਸੱਲੇ ਅਲਾ ਬੋਲੋ ਸੱਲੀ ਅਲਾ ਨਬੀਏ ਨਾ ਸੱਲੇ ਅਲਾ ਮੁਹੱਬਤ ਬੋਲੋ ਸੱਲੀ ਅਲਾ ਨਬੀਏ
ਸੁਣਾ ਰਿਹਾ ਸੁਭਾਨ ਅੱਲਾਹ ਕਹੇ ਹੱਥ ਚੁੱਕੇ। ਮੈਂ ਇੱਕ ਸ਼ੇਰ ਭਾਈ ਮਹਿਰਾਨ ਸਾਹਿਬ ਅਰਸਲਾਨ ਸਾਹਿਬ, ਵੈਸੇ ਮੈਨੂੰ ਪਤਾ ਕੋਈ ਨਹੀਂ ਅਰਸਲਾਨ ਕੌਣ, ਸਿਰੇ ਮਹਿਰਾਨ ਦਾ ਹੀ ਪਤਾ ਹੈ। ਸ਼ਕਲਾਂ ਮਿਲ ਰਹੀਆਂ ਸਭ ਦੀਆਂ, ਗੁਲਫਾਮ ਅਰਸਲਾਨ, ਅੱਲਾਹ ਸਭ ਨੂੰ ਸਲਾਮਤ ਰੱਖੇ। ਇੱਕ ਸ਼ੇਰ ਇਹਦੇ 'ਚ ਨਾ, ਸਭ ਤੋਂ ਪਹਿਲੇ ਮੈਂ ਕਹਾਂਗਾ ਯਜ਼ੀਦ ਤੇ ਲਾਨਤ, ਤੁਸਾਂ ਕਹਿਣਾ ਬੇਸ਼ੁਮਾਰ। ਯਜ਼ੀਦ ਤੇ ਲਾਨਤ, ਬੇਸ਼ੁਮਾਰ। ਯਜ਼ੀਦ ਤੇ ਲਾਨਤ, ਬੇਸ਼ੁਮਾਰ। ਅੱਛਾ, ਮੈਂ ਉਹਦੇ 'ਚ ਇੱਕ ਮਿਸਰਾ ਜਿਹੜਾ ਤੁਸੀਂ ਪੜ੍ਹਦੇ ਹੋ ਨਾ, ਦਿਲ ਬੇਚੈਨ ਨੂੰ, ਇਹਦਾ ਮੈਂ ਨਾਮ ਹੀ ਨਹੀਂ ਲੈਣਾ ਚਾਹੁੰਦਾ। ਤੁਸੀਂ ਮੁਬਾਰਕ ਕਰ ਦਿੰਦੇ ਹੋ ਅਗਲੇ ਬੰਦੇ ਨੂੰ, ਕੋਸ਼ਿਸ਼ ਕਰੋ ਅਗਲਾ ਮਿਸਰਾ ਪੜ੍ਹ ਲਓ, ਪਹਿਲੇ ਨੂੰ ਕੋਈ ਚੇਂਜ ਕਰ ਲਓ, ਉਹਦੇ ਨਾਂ ਦੇ ਨਾਲ ਮੁਬਾਰਕ ਸੋਹਣਾ ਨਹੀਂ ਲੱਗਦਾ, ਭਾਵੇਂ ਜਿਸ ਵਾਏ ਨਾਲ ਵੀ। ਮੈਂ ਸ਼ੇਰ ਨਾ ਨਾ ਪੜ੍ਹਨਾ ਆਉਂਦਾ ਜਾਂ ਤੁਹਾਨੂੰ ਸਮਝਾਉਣੀ ਨਾ ਆਉਂਦੀ ਅਗਲੀ ਗੱਲ, ਮੈਂ ਤਾਂ ਨਾਮ ਹੀ ਨਾ ਲੈਂਦਾ। ਲੇਕਿਨ ਪਹਿਲੀ ਲਾਈਨ ਤਾਂ ਚਲੋ ਸੁਣੋ ਤੁਸੀਂ, ਅਗਲੀ ਲਾਈਨ ਬਹੁਤ ਵਜ਼ਨੀ ਹੈ। ਸਿੱਲਾ ਮਾਲੀ ਵਾਲੋ, ਅੱਜ ਇਸ ਮਿਸਰੇ 'ਤੇ ਆਪਣੇ ਨਾਲ ਦੇ ਨੂੰ ਚੋਰੀ ਚੋਰੀ ਚੈੱਕ ਕਰਨਾ, ਜੇ ਸੁਭਾਨ ਅੱਲਾਹ ਨਹੀਂ ਕਹੇਗਾ ਤਾਂ ਪਤਾ ਨਹੀਂ ਕਦੋਂ ਕਹੇਗਾ। ਅੱਗੇ ਜਿਹੜੇ ਬੈਠੋ ਨਾ, ਜਿਹੜਾ ਇਹ ਥਕਾਵਟ ਦੇ ਜਿਹੜਾ ਥੋੜ੍ਹੇ ਅਸਾਰ ਘੱਟ ਕਰੋ, ਸਿੱਧੇ ਹੋ ਕੇ ਬੈਠੋ, ਜ਼ਰਾ ਭਾਈ ਜਾਨ ਬੈਠੋ, ਜ਼ਰਾ ਚੌਂਕੜੀ ਮਾਰ ਕੇ, ਜ਼ਰਾ ਸਹੀ ਹੋ ਕੇ ਬੈਠੋ, ਜ਼ਰਾ ਐਨ ਸ਼ਾਬਾਸ਼, ਸੁਭਾਨ ਅੱਲਾਹ। ਮੈਂ ਥੱਕਿਆ ਵਾਂ ਕਾਫੀ ਸਾਰਾ, ਲੇਕਿਨ ਤੁਹਾਡੇ ਚਿਹਰੇ ਵੇਖ ਕੇ ਥਕਾਵਟ ਉਤਰ ਗਈ ਹੈ ਮੇਰੀ। ਔਰ ਵੈਸੇ ਆਖਰੀ ਕਲਾਮ ਬੜਾ ਆਲਾ ਪੜਿਆ ਰਿਜ਼ਵਾਨ ਬਾਈ ਨੇ, ਔਰ ਨਕਾਬਤ ਵਾਲਿਆਂ ਨੇ ਤੇ ਹੱਦ ਕਰ ਛੱਡੀ, ਕੋ ਜਿੰਨਾ ਥਕਾਵਟ ਲਾਤੀ। ਸੁਣੋ ਮਿਸਰਾ, ਸ਼ਾਇਰ ਕਹਿੰਦਾ ਯਜ਼ੀਦ ਦਾ ਦਰਬਾਰ, ਦਰਬਾਰ ਕੀ ਹੋਣਾ, ਕਸਰ ਹੈ। ਉਹ ਨਾ ਇਸ ਤਰ੍ਹਾਂ ਜ਼ਲਜ਼ਲਾ ਜਿਹਾ ਆਇਆ ਹੈ, ਉਹਦੇ ਦਰਬਾਰ 'ਚ ਇੰਜ ਜ਼ਲਜ਼ਲਾ ਆਇਆ ਹੈ, ਇੰਜ ਥਰਥਰਾਉਂਦਾ ਪਿਆ, ਇੰਜ ਲਰਸਦਾ ਪਿਆ, ਇੰਜ ਡਾਵਾਂ ਡੋਲ ਜਿਹਾ ਹੋਇਆ ਹੈ। ਕਿਉਂ? ਸਵਾਲ ਪੈਦਾ ਹੋ ਗਿਆ, ਕਿਉਂ? ਹੁਣ ਸੁਣੋ ਸ਼ੇਰ, ਕਿਉਂ ਲਰ ਕਿਉਂ ਲਰਜ਼ਾਨਾ ਦਰਬਾਰ ਯਜ਼ੀਦੀ ਪੇ ਹੋ ਤਾਰੀ, ਕਿਉਂ ਲਰਜ਼ਾਨਾ ਦਰਬਾਰ ਯਜ਼ੀਦੀ ਪੇ ਤਾਰੀ, ਕਿਉਂ ਲਰਜ਼ਾਨਾ ਦਰਬਾਰ ਯਜ਼ੀਦੀ ਪੇ ਹੋ ਤਾਰੀ। ਜ਼ੈਨਬ ਤੇਰੇ ਲਹਿਜੇ ਮੇ ਅਲੀ ਬੋਲ ਰਹਾ ਹੈ, ਨਾਰਾ ਹੈਦਰੀ ਤੇ ਅਲੀ ਲਰਜ਼ਾਨਾ ਦਰਬਾਰ ਯਜ਼ੀਦੀ ਤੇ ਹੋ ਤਾਰੀ, ਲਰਜ਼ਾਨਾ ਦਰਬਾਰ ਯਜ਼ੀਦੀ ਜੀ ਨੇ ਤੇਰੇ ਰਹਿ ਜੀ
ਅਲੀ ਬੋਲ ਰਹਾ ਹੈ, ਅਲੀ ਬੋਲ ਰਹਾ ਹੈ, ਹੱਥ ਚੁੱਕੋ ਅਲੀ ਵਾਲਾ, ਤੇਰੇ ਲਹਿਜੇ ਅਲੀ ਬੋਲ ਜਿਹਦੀ ਚੋਲੀ ਮੇਰੇ ਆਕਾ ਨੇ ਭਰੀ ਹੈ ਉਹ ਹੱਥ ਚੁੱਕ ਕੇ ਮੇਰੇ ਨਾਲ ਰਲ ਕੇ ਗਏਗਾ, ਦੇਖੋ ਮੇਰੇ ਮੋਲਾ ਜਿਹੋ ਜੇ ਕਿਤਨਾ ਦਿਆ ਹੈ, ਦੇਖੋ ਮੇਰੇ ਮੋਲਾ ਜਿਹੋ ਜੇ ਕਿਤਨਾ ਦਿਆ ਹੈ, ਦੇਖੋ ਮੇਰੇ ਮੋਲਾ ਜਿਹੋ ਜੇ ਕਿਤਨਾ ਦਿਆ ਹੈ, ਚੱਲੇ ਇਨਸ਼ਾ ਤੁਹਾਡੇ ਵੀ ਪਹਿਲੇ ਪੜ੍ਹਨਾ ਹੈ, ਪਹਿਲੇ ਤੁਹਾਡੀ ਪਹਿਲੇ ਠੀਕ, ਅੱਛਾ ਤੁਸੀਂ ਕਿਹਾ ਠੀਕ, ਵਾਹ ਜੀ ਸੁਭਾਨ ਅੱਲਾਹ, ਅੱਲਾਹ ਤੁਹਾਨੂੰ ਸਲਾਮਤ ਰੱਖੇ, ਇੱਕ ਇੱਕ ਫਰਦ ਨੂੰ ਇੱਕ ਇੱਕ ਚਿਹਰਾ ਮੈਂ ਵੇਖ ਰਿਹਾ, ਇੰਨਾ ਤਜਰਬਾ ਹੋ ਜਾਂਦਾ ਹੈ, ਮਾਸ਼ਾਅੱਲਾ ਸਾਰੇ ਹਜ਼ੂਰ ਦੇ ਪੱਕੇ ਸੱਚੇ ਆਸ਼ਿਕ ਅਤੇ ਗੁਲਾਮ ਬੈਠੇ ਨੇ,
ਕੋਈ ਕਿਸੇ ਦੇ ਮੈਂ ਚਿਹਰੇ ਤੇ ਬੋਰੀਅਤ ਨਹੀਂ ਵੇਖ ਰਿਹਾ। ਅਲਹਮਦੁਲਿਲਾ ਇੰਜੇ ਜਿਹਨ ਮਹਿਫਲ ਹੋਣੀ ਸ਼ੁਰੂ ਹੋਈ ਹੈ ਔਰ ਸਭ ਨੇ ਬਹੁਤ ਕਮਾਲ ਪੜਿਆ, ਸਭ ਤੇ ਅੱਲਾ ਰਹਿਮਤ ਕਰੇ, ਫਜ਼ਲ ਫਰਮਾਏ। ਸਾਹਮਣੇ ਇੱਕ ਕਲਾਮ ਓਏ ਓਏ ਕਿਹੜੀ ਕਾਰਵਾਈ ਤੁਹਾਡੀ, ਕਰਪਸ਼ਨ ਪਲੈਨਿੰਗ? ਚਲੋ ਆਰਾਮ ਨਾਲ ਬੈਠੋ। ਕੋਈ ਵੀ ਕਲਾਮ ਮਦੀਨਾ ਪਾਕ ਦੀ ਸ਼ਾਨ 'ਚ ਹੋਵੇ, ਹਜ਼ੂਰ ਪਾਕ ਦੀ ਸ਼ਾਨ 'ਚ ਹੋਵੇ, ਕਦੀ ਵੀ ਕੋਈ ਕਲਾਮ ਪੁਰਾਣਾ ਨਹੀਂ ਹੁੰਦਾ, ਤਾਜ਼ਾ ਹੀ ਰਹਿੰਦਾ। ਕਾਫੀ ਸਾਲ ਪਹਿਲੇ ਮੈਂ ਇੱਕ ਕਲਾਮ ਪੜ੍ਹਿਆ ਸੀ, 2006-07 ਦੀ ਗੱਲ ਹੈ, ਮਕਬੂਲ ਹੋਣ ਹੋਇਆ। ਕਿਸੇ ਟਾਈਮ ਹੀ ਕਿਸ ਕਲਾਮ 'ਤੇ ਮੋਹਰ ਲੱਗ ਜਾਏ ਉਹਦੇ ਮੈਨੂੰ ਮਹਿਰਾਨ ਬਾਈ ਦੀ ਤਰਫੋਂ ਹੁਕਮ ਹੈ। ਮਦੀਨਾ ਪਾਕ ਦੀ ਗੱਲ ਹੈ, ਦੋ ਸ਼ੇਰ ਪੇਸ਼ ਕਰ। ਹਾਂ ਓ ਤੁਰ ਜਾਵਾਂਗੇ ਸ਼ਹਿਰ ਮਦੀਨੇ, ਮਦੀਨੇ 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 ਤੁਰ ਜਾਵਾਂਗੇ ਸ਼ਹਿਰ ਮਦੀਨੇ। ਹੱਥ ਚੁੱਕ ਕੇ ਕਹੋ ਸੁੱਖ ਪਾਵਾਂਗੇ, ਬੋਲੋ ਸੁੱਖ ਪਾਵਾਂਗੇ ਸ਼ਹਿਰ ਮਦੀਨੇ, ਮਦੀਨੇ ਤੁਰ ਜਾਵਾਂਗੇ ਸ਼ਹਿਰ ਮਦੀਨੇ, ਮਦੀਨੇ ਤੁਰ ਜਾਵਾਂਗੇ ਸ਼ਹਿਰ ਮਦੀਨੇ, ਮਦੀਨੇ ਤੁਰ ਜਾਵਾਂਗੇ। ਜਿਹਨੇ ਜਿਹਨੇ ਜਾਣਾ ਮਦੀਨੇ ਹੱਥ ਚੁੱਕ ਕੇ, ਮਦੀਨੇ ਤੁਰ ਜਾਵਾਂਗੇ ਸ਼ਹਿਰ ਮਦੀਨੇ, ਮਦੀਨੇ ਤੁਰ ਜਾਵਾਂਗੇ ਸ਼ਹਿਰ ਮਦੀਨੇ। ਮਦੀਨੇ ਮਦੀਨੇ ਮਰ ਜਾਵਾਂਗੇ ਸ਼ਹਿਰ ਮਦੀਨੇ, ਮਦੀਨੇ ਮਰ ਜਾਵਾਂਗੇ ਸ਼ਹਿਰ ਮਦੀਨੇ, ਮਦੀਨੇ ਮਰ ਜਾਵਾਂਗੇ ਸ਼ਹਿਰ ਮਦੀਨੇ। ਇੱਕ ਵਾਰੀ ਹੱਥ ਛੱਡ ਕੇ ਮੇਰੇ ਨਾਲ ਜਾ ਕੇ ਮਦੀਨੇ ਫਿਰ ਨਹੀਂ ਆਉਣਾ, ਮਦੀਨੇ ਮਦੀਨੇ ਤੁਰ ਜਾਵਾਂਗੇ ਸ਼ਹਿਰ ਮਦੀਨੇ।
ਹੱਥ ਚੁੱਕਿਆ ਜੀ ਉਹਨਾਂ ਦਾ ਵੀਜ਼ਾ ਤਾਂ ਨਹੀਂ ਲੱਗਣਾ ਇੰਜ ਜ਼ਰਾ ਚੁੱਕੋ ਕਿ ਹੱਥ ਵੀਜ਼ਾ ਲੱਗੇਗਾ ਉਹ ਭਾਵੇਂ ਸਮਝਦੇ ਹੋਣ ਕੋਠੀਆਂ ਬੜੀਆਂ ਨੇ ਕਾਰਾਂ ਬੜੀਆਂ ਨੇ ਪੈਸਾ ਬੜਾ ਹੈ ਜ਼ਮੀਨਾਂ ਬੜੀਆਂ ਨੇ ਯਾਰ ਮਦੀਨਾ ਪਾਕ ਜਾਣਾ ਕਿਹੜਾ ਔਖਾ ਕੰਮ ਹੈ ਕੱਲ ਪਾਸਪੋਰਟ ਭੇਜਾਂਗਾ ਪਰਸੋਂ ਵੀਜ਼ਾ ਲੱਗ ਜਾਏਗਾ ਮਦੀਨੇ ਉਹਨੇ ਜਾਣਾ ਜਿਹਦਾ ਬੁਲਾਵਾ ਹਜ਼ੂਰ ਦੀ ਬਾਰਗਾਹ ਚੋਂ ਆਇਆ ਤੇ ਮੇਰੇ ਆਕਾ ਨੀਅਤ ਵੇਖਦੇ ਨੇ ਕਿਹੜਾ ਕਿਸ ਨੀਅਤ ਨਾਲ ਮਹਿਫਲ 'ਚ ਬੈਠਾ ਕਿਆ ਇਹਨੂੰ ਤੜਪ ਹੈ ਮਦੀਨਾ ਪਾਕ ਦੀ ਕਈ ਬੰਦੇ ਮੈਂ ਅਸ਼ਕ ਬਾਰ ਕਈ ਵਾਰੀ ਵੇਖੇ ਨੇ ਚੰਦ ਦਿਨਾਂ ਬਾਅਦ ਮਦੀਨਾ ਪਾਕ ਵੇਖੇ ਨੇ ਸੁਭਾਨ ਅੱਲਾ ਉਸ ਬਾਰਗਾਹ 'ਚ ਥੋੜ ਨਹੀਂ ਤੇ ਜਦੋਂ ਗੱਲ ਟੋਰੀ ਪਈ ਏ ਮਦੀਨਾ ਪਾਕ ਦੀ ਤੇ ਫਿਰ ਕਿਉਂ ਨਾ ਕਹੀਏ ਤੇਰੇ ਸ਼ਹਿਰ ਮਦੀਨੇ ਆਵਾ ਤੇਰੇ ਸ਼ਹਿਰ ਮਦੀਨੇ ਆਵਾ ਤੇਰੇ ਸ਼ਹਿਰ ਮਦੀਨੇ ਆਵਾ ਤੇਰੇ ਸ਼ਹਿਰ ਮਦੀਨੇ ਆਵਾ ਰੋ ਰੋ ਕੇ ਗੱਲ ਸੁਣਾਵਾ ਇੱਕ ਵਾਰੀ ਸਭ ਨੂੰ ਮਦੀਨੇ ਬੁਲਾ ਸੋਹਣਿਆ ਤੂੰ ਇੱਕ ਵਾਰੀ ਸਭ ਨੂੰ ਮਦੀਨੇ ਬੁਲਾ ਸੋਹਣਿਆ ਤੂੰ ਇੱਕ ਵਾਰੀ ਸਭ ਨੂੰ ਮਦੀਨੇ ਬੁਲਾ ਸੋਹਣਿਆ ਇੱਕ ਵਾਰੀ ਸਭ ਨੂੰ ਮਦੀਨੇ ਬੁਲਾ ਸੋਹਣਿਆ ਇੱਕ ਵਾਰੀ ਦੇ ਵਾਸਤੇ ਪੰਜ ਤਨ ਦੇ ਵਾਸਤੇ ਪਾਵਾ ਪੰਜ ਤਨ ਦੇ ਵਾਸਤੇ ਪਾਵਾ ਪੰਜ ਤਨ ਦੇ ਵਾਸਤੇ ਪਾਵਾ ਨਾਲੇ ਰੋ ਰੋ ਹਾਲ ਸੁਣਾਵਾ ਇੱਕ ਵਾਰੀ ਜਿਵੇਂ ਜਾਣੇ ਹੱਥ ਚੁੱਕ ਕੇ ਗਏਗਾ ਸਭ ਨੂੰ ਮਦੀਨੇ ਬੁਲਾ ਸੋਹਣਿਆ ਤੂੰ ਇੱਕ ਵਾਰੀ ਸਭ ਨੂੰ ਮਦੀਨੇ ਬੁਲਾ ਸੋਹਣਿਆ ਤੂੰ ਇੱਕ ਵਾਰੀ ਸਭ ਨੂੰ ਮਦੀਨੇ ਬੁਲਾ ਸੋਹਣਿਆ 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 ਸੋਹਣਿਆ ਅਰਬੀ ਮੈਂ ਵੇਖਾਂ ਰਿਹਾ ਚੰਨਾ ਇੱਕ ਵਾਰੀ ਸਭ ਨੂੰ ਮਦੀਨੇ ਬੁਲਾ ਸੋਹਣਿਆ ਤੂੰ ਇੱਕ ਵਾਰੀ ਮਦੀਨੇ ਬੁਲਾ ਸੋਹਣਿਆ ਤੂੰ ਇੱਕ ਵਾਰੀ ਸਭ ਨੂੰ ਮਦੀਨੇ ਬੁਲਾ ਸੋਹਣਿਆ ਇੱਕ ਵਾਰੀ ਸਭ ਨੂੰ ਮਦੀਨੇ ਬੁਲਾ ਸੋਹਣਿਆ ਇੱਕ ਵਾਰੀ ਸਭ ਨੂੰ ਮਦੀਨੇ ਬੁਲਾ ਸੋਹਣਿਆ ਸੋਹਣਿਆ ਅਰਬੀ ਚੰਨਾ ਸੋਹਣੇ ਅਰਬੀ ਚੰਨਾ ਸੋਹਣਿਆ ਅਰਬੀ ਇੱਕ ਵਾਰੀ ਸਜਾ ਹੱਥ ਚੁੱਕ ਕੇ ਕਹਿਣਾ ਸਭ ਨੂੰ ਮਦੀਨੇ ਬੁਲਾ ਸੋਹਣਿਆ ਤੂੰ ਇੱਕ ਵਾਰੀ ਸਭ ਨੂੰ ਮਦੀਨੇ ਬੁਲਾ ਸੋਹਣਿਆ ਤੂੰ ਇੱਕ ਵਾਰੀ ਸਭ ਨੂੰ ਮਦੀਨੇ ਬੁਲਾ ਸੋਹਣਿਆ ਓ ਮੈਨੂੰ ਸੱਦ ਲੋ ਮਦੀਨੇ ਇੱਕ ਵਾਰ ਮੇਰੇ ਆਕਾ ਇਹ
ਇਸ ਜ਼ਿੰਦਗੀ ਦਾ ਕੀਏ ਇਤਬਾਰ ਮੇਰੇ ਆਕਾ ਮੈਨੂੰ ਸੱਚ ਲੋ ਮਦੀਨੇ ਇਤਬਾਰ ਮੇਰੇ ਆਕਾ ਯਾਲਾ ਜਿਹੜਾ ਹੱਥ ਚੁੱਕੇ ਮਦੀਨੇ ਜਾਏ ਇਤਬਾਰ ਮੇਰੇ ਆਕਾ ਮੈਨੂੰ ਸੱਚ ਲੋ ਮਦੀਨੇ ਇਤਬਾਰ ਮੇਰੇ ਆਕਾ ਜ਼ਿੰਦਗੀ ਦਕੀਏ ਇਤਬਾਰ ਮੇਰੇ ਆਕਾ ਇਸ ਜ਼ਿੰਦਗੀ ਦਕੀਏ ਜ਼ਿੰਦਗੀ ਦਕੀਏ ਇਤਬਾਰ ਮੇਰੇ ਆਕਾ ਮੈਨੂੰ ਸੱਦ ਲਓ ਮਦੀਨੇ ਇਤਬਾਰ ਮੇਰੇ ਆਕਾ ਜ਼ਿੰਦਗੀ ਦਕੀਏ ਇਤਬਾਰ ਮੇਰੇ ਆਕਾ ਇਸ ਜ਼ਿੰਦਗੀ ਦਕੀਏ ਇਤਬਾਰ ਮੇਰੇ ਆਕਾ ਇਸ ਜ਼ਿੰਦਗੀ ਦਕੀਏ ਇਤਬਾਰ ਮੇਰੇ ਆਕਾ ਮਦੀਨੇ ਵਾਲੇ ਆਕਾ ਮਦੀਨੇ ਵਾਲੇ ਆਕਾ ਮਦੀਨੇ ਵਾਲੇ ਆਕਾ ਅੱਛਾ ਮੈਂ ਕਹਾਂਗਾ ਮਦੀਨੇ ਵਾਲੇ ਤੁਸੀਂ ਹੱਥ ਚੁੱਕੇ ਦੋਨੋਂ ਹੱਥ ਚੁੱਕੇ ਕਹਿਣਾ ਆਪਾਂ ਦੋਨੋਂ ਹੱਥ ਚੁੱਕੇ ਮਦੀਨੇ ਵਾਲੇ ਆਕਾ 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 ਜ਼ਿੰਦਗੀ ਦਕੀਏ ਇਤਬਾਰ ਜ਼ਿੰਦਗੀ ਦਕੀਏ ਇਤਬਾਰ ਮੇਰੇ ਆਕਾ ਇਸ ਜ਼ਿੰਦਗੀ ਦਕੀਏ ਇਤਬਾਰ ਮੇਰੇ ਆਕਾ ਦਰਬਾਰ ਜੋ ਦੁਖੀਆਂ ਦਾ ਆਸਰਾ ਨਹੀਂ ਕੋਈ ਤੇਰੇ ਦਰਬਾਰ ਜੋ ਦੁਖੀਆਂ ਦਾ ਆਸਰਾ ਨਹੀਂ ਕੋਈ ਤੇਰੇ ਦਰਬਾਰ ਜੋ ਦੁਖੀਆਂ ਦਾ ਆਸਰਾ ਨਹੀਂ ਕੋਈ ਮੈਂ ਦੁਖੀ ਮੇਰੀ ਸੁਣ ਲੈ ਪੁਕਾਰ ਮੇਰੇ ਆਲਾ ਇਸ ਜ਼ਿੰਦਗੀ ਦਕੀਏ ਇਤਬਾਰ ਮੇਰੇ ਆਕਾ ਮੇਰੀ ਸੁਣ ਲੈ ਪੁਕਾਰ ਮੇਰੇ ਆਕਾ ਇਸ ਜ਼ਿੰਦਗੀ ਦਕੀਏ ਇਤਬਾਰ ਮੇਰੇ ਆਕਾ ਇਹ ਵੀ ਕਲਾਮ ਬੜਾ ਮਕਬੂਲ ਹੋਇਆ ਅੱਲਾਹ ਨੇ ਬੜੀ ਇੱਜ਼ਤ ਦਿੱਤੀ ਹੈ ਬਾਈ ਮਹਿਰਾਨ ਬਾਈ ਦਾ ਸਪੈਸ਼ਲ ਹੁਕਮ ਹੈ ਹਾਂ ਤੂੰ ਮੰਗ ਸਈਦਾ ਬਾਜ਼ੂ ਕਟਵਾਏ ਨੇ ਤੁਸੀਂ ਉਹਨਾਂ ਦਾ ਨਾਂ ਹੈ ਨਾ ਜਦੋਂ ਦੋਨੋਂ ਬਾਜ਼ੂ ਜੀ ਦੇ ਤੰਦਰੁਸਤ ਨੇ ਉਹ ਦੋਨੋਂ ਬਾਜ਼ੂ ਚੁੱਕ ਕੇ ਗਏਗਾ ਨਾਮ ਵਿੱਚ
ਹਰ ਸੱਯਦ ਦਾ ਪੁੱਤਰ ਸੱਯਦ ਹੁੰਦਾ ਹੈ। ਉਹਦੀ ਇਖਤਰਾਮ ਕਰਨਾ, ਉਹਦੀ ਇੱਜ਼ਤ ਕਰਨਾ ਸਾਡਾ ਫਰਜ਼ ਹੈ। ਮੈਂ ਕਿਹਾ ਹਯਾ ਕਰ ਇਸ ਧਰਤੀ ਤੇ ਨਬੀ ਦੀ ਆਲ ਦਾ ਹਰ ਦਮ। ਕਬਰ ਵਿੱਚ ਆਪਣੀਆਂ ਬੰਦਿਆ, ਕਬਰ ਵਿੱਚ ਆਪਣੀਆਂ ਹਯਾ ਸ਼ਾਹ ਸਾਹਿਬ ਦਾ ਮੈਂ ਫੌਰਨ ਫਰਮਾਇਸ਼ ਇਹਨਾਂ ਦੀ ਪੜ੍ਹਨ ਲੱਗਾ। ਅੱਲਾ ਇਹਨਾਂ ਨੂੰ ਸਲਾਮਤ ਰੱਖੇ। ਜਿਹੜੇ ਸੱਯਦ ਹੁੰਦੇ ਨੇ ਕੋਈ ਨਾ ਕੋਈ ਤਾਂ ਗੱਲ ਹੁੰਦੀ ਹੈ ਨਾ। ਫਿਰ ਇੱਕ ਕਲਾਮ ਇਹਨਾਂ ਨੇ ਮੈਨੂੰ ਸਪੈਸ਼ਲ ਕਿਹਾ ਹੈ ਕਿ ਪੜ੍ਹਨਾ ਹੈ, ਮੈਂ ਉਹ ਪੇਸ਼ ਕਰਨਾ। ਰਹਿ ਨਾ ਜਾਏ ਕਿਤੇ ਹਾਂ ਵਾਲੀਏ ਕੋਨੇਨ ਦਾ ਨਾਨਾ ਹਸਨੈਨ ਦਾ, ਵਾਲੀਏ ਕੋਨੇਨ ਦਾ ਨਾਨਾ ਹਸਨੈਨ ਦਾ, ਵਾਲੀਏ ਕੋਨੇਨ ਦਾ ਨਾਨਾ ਹਸਨੈਨ ਦਾ। ਸਾਰੇ ਜਗ ਤੋਂ ਸੋਹਣਾ ਏ, ਸੋਹਣਾ ਏ ਬਨਵਾੜਾ ਕੋਨੇਨ ਦਾ ਨਾਨਾ ਹਸਨੈਨ ਦਾ। ਜਿਹਨੂੰ ਸੋਹਣੇ ਲੱਗਦੇ ਨੇ ਹੱਥ ਚੁੱਕੇ, ਸੋਹਣਾ ਏ ਮਨ ਬੋਲਾ ਬਾਬੂ ਜੀ। ਸਰਕਾਰ ਨੂੰ ਜਾਣਦੇ ਹੋ? ਪਤਾ ਕੀ ਕਹਿੰਦੇ ਨੇ? ਗੱਡੀਆਂ ਗਈ ਸਟੇਸ਼ਨ ਤੇ,
ਮੈਂ ਛੋਟਾ ਬਸ ਟਾਈਮ ਦੀ ਗੱਲ ਨਹੀਂ ਕਰਦਾ ਪਿਆ, ਕਰਾਚੀ ਟਾਈਮ ਦੀ ਗੱਲ ਨਹੀਂ ਹੋ ਰਹੀ। ਆਪ ਫਰਮਾਉਂਦੇ ਨੇ ਜਿਹੜੀ ਚਾਰ ਮੰਜੀ ਨੂੰ ਚਾਰ ਬੰਦੇ ਚੁੱਕ ਕੇ ਲੈ ਕੇ ਜਾਂਦੇ ਨੇ, ਉਸ ਗੱਡੀ ਦੀ ਗੱਲ ਹੋ ਰਹੀ। ਜਦੋਂ ਹਜ਼ੂਰ ਦਾ ਆਸ਼ਕ, ਹਜ਼ੂਰ ਦਾ ਮੰਗਤਾ, ਤਾਜਦਾਰੇ ਖਤਮੇ ਨਬੂਤ ਦਾ ਨਾਰਾ ਲਾਉਣ ਵਾਲਾ ਜਦੋਂ ਕਬਰ 'ਚ ਉਤਰਦਾ ਹੈ, ਆਪ ਫਰਮਾਉਂਦੇ ਨੇ ਜਦੋਂ ਉਤਰ ਜਾਏਗਾ ਨਾ, ਉਦੋਂ ਕਹੇਗਾ ਗੱਡੀਆਂ ਬੜਾ ਹੱਕ ਦੇ ਬਾਬੂ ਸਾਨੂੰ ਮਾਇਆ ਦੇਖ ਲੇ, ਬੜਾ ਹੱਕ ਦੇ ਬਾਬੂ ਸਾਨੂੰ ਮਾਇਆ ਦੇਖ ਲੇ। ਜਿਹਦਾ ਇਮਾਨ ਹੈ ਕਬਰ ਚ ਮੇਰੇ ਆਕਾ ਤਸ਼ਰੀਫ ਲੈ ਕੇ ਆਣਗੇ, ਉਸ ਦਾ ਸੱਜਾ ਹੱਥ ਚੁੱਕ ਕੇ ਕਹੇਗਾ ਬੜਾ ਹੱਕ ਦੇ ਬਾਬੂ ਸਾਨੂੰ ਮਾਇਆ ਜਿਤਨ ਤੋਂ ਹਾਰ ਦੇ ਜਿਤ ਪੁੱਜ ਲੀ ਤੇ ਜਾਣੀ, ਹਾਂ ਪੰਜ ਤਨ ਤੋਂ ਹਾਰ ਦੇ ਜਿਤ ਪੁੱਜ ਲੀ ਤੇ ਜਾਣੀ, ਪੰਜ ਤਨ ਤੋਂ ਹਾਰ ਦੇ ਜਿਤ ਪੁੱਜ ਲੀ ਤੇ ਜਾਣੀ, ਪੰਜ ਤਨ ਤੋਂ ਹਾਰ ਦੇ ਦਾ ਨਾਂ ਬੜਾ ਮਿੱਠਾ ਲੱਗਦਾ ਹੈ, ਬੜੇ ਸੋਹਣਾ ਲੱਗਦਾ ਹੈ, ਮੇਰੇ ਨਾਲ ਸੱਜਾ ਹੱਥ ਚੁੱਕ ਕੇ ਗਏ ਪੁਕਾਰੋ ਸ਼ਾਹ ਰਸੂਲ ਅੱਲਾ ਮੁਹੰਮਦੀਆ ਹਬੀਬ ਅੱਲਾ ਸ਼ਾਹ ਰਸੂਲ ਅੱਲਾ
ਨਾਮ ਸੋਹਣਾ ਨਾਮ ਨਾਮ ਸੋਹਣਾ ਨਾਮ ਨਾਮ ਸੋਹਣਾ ਨਾਮ ਨਾਮ ਸੋਹਣਾ ਨਾਮ ਨਾਮ ਮਦਨੀ ਦਨਾ ਨਾਮ ਡੋਲਦ ਨਾਮ ਪੜ੍ਹਨਾ ਚਾਹੀਦਾ ਜਿੰਨਾ ਤੁਸੀਂ ਇਹਨਾਂ ਗੁੱਸੇ ਚੜ੍ਹ ਜਾਏ ਤੁਹਾਨੂੰ ਕਿਤੇ ਹੈ ਕਿ ਯਾਰ ਇੰਨਾ ਟਾਈਮ ਹੋ ਗਿਆ 2 ਵੱਜ ਗਏ ਮੈਂ ਮਨਕਬਤ ਦਾ ਸਿਲਸਿਲਾ ਸ਼ੁਰੂ ਕਰਾਂ ਕੀ ਖਿਆਲ ਹੈ ਅੱਛਾ ਜੀ ਚਲੋ ਇੱਕ ਸ਼ੇਰ ਬਾਈ ਦਾ ਹੁਕਮ ਮੈਂ ਪੇਸ਼ ਕਰਦਾ ਹਾਂ ਹੁਣ ਆ ਵੀ ਜਾ 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 ਵੀ ਜਾ ਬੱਲੇ ਜ਼ੁਲਫਾਂ ਵਾਲਿਆ ਹੁਣ ਆ ਵੀ ਜਾ ਆ ਵੀ ਜਾ ਬੱਲੇ ਜ਼ੁਲਫਾਂ ਵਾਲਿਆ ਹੁਣ ਆ ਵੀ ਜਾ ਵਾਲਿਆ ਹੁਣ
दोनों हाथ चौक के कहेगा सरकार की सदा सलामत रहन अखा बड़ी वड्डी नेमत है बोलन लगा दीवाना अखा अखा मेरिया अखा मेरिया अखा अखा तक दिया केड़ी राह अभी जा अखा तक दिया तेरी राह अभी जा अभी जा। अच्छा अच्छा जदों किसी नु बुलाइए ना इंज आवाजा रो के नहीं बुलाई दा ऐ दोनों हाथ खोल के वेलकम करी दा हाथ चुके को अखा तक दिया तेरी राह अभी जा अभी जा दिया तेरी राह अभी जा अभी जा बोलो अखा तक दिया तेरी राह अभी जा अभी जा अखा तक दिया तेरी राह अभी जा मदद कर मेरी अल्लाह नसीब खोल दे मेरा मदद कर मेरी अल्लाह नसीब खोल दे मेरा मदद कर मेरी अल्लाह नसीब खोल दे मेरा मदद कर मेरी कदी तुसी परेशान होए वो किसी नु लभदा होए ते बंदे दा मुंह बन गया होए तुहाडे विचों तो नहीं ऐसा कोई बंदा बैठा मैं वैसे अपनी अखां नाल कई बंदे वेखे जे
ਅੱਛਾ ਚਲੋ ਮੈਂ ਦੂਰ ਕੀ ਵੇਖਣੇ ਨੇ ਬਾਅਦ ਦਫ਼ਾ ਇਸ ਸਟੇਜ ਦੀ ਗੱਲ ਨਹੀਂ ਕਈ ਸਟੇਜਾਂ ਦੇ ਉੱਤੇ ਕੁਝ ਐਸੇ ਨਾਥਾਂ ਵੀ ਆ ਜਾਂਦੇ ਹੈ ਤੇ ਸਾਰੇ ਹੀ ਹਜ਼ੂਰ ਦੱਸਣਾ ਖਾਨ ਲੇਕਿਨ ਜਦੋਂ ਕਿਸੇ ਨਾਥਾਂ ਨੂੰ ਜ਼ਿਆਦਾ ਨਜ਼ਰਾਨਾ ਹੋ ਜਾਣਾ ਤਾਂ ਉਹਦਾ ਮੂੰਹ ਬਣ ਜਾਂਦਾ ਹੈ ਯਾਰ ਹੈ ਤੇ ਸਾਰਾ ਕੁਝ ਲੈ ਗਿਆ ਉਹ ਕਹਿੰਦੇ ਸਾਰਾ ਕੁਝ ਲੈ ਗਿਆ ਜਿਹੜਾ ਅੱਲਾ ਦੀ ਮਰਜ਼ੀ ਤੇ ਰਾਜ਼ੀ ਹੈ ਅੱਲਾ ਜਿਹਨੂੰ ਚਾਹੇ ਅਤਾ ਕਰੇ ਜਿਹੜਾ ਚਾਹੁੰਦਾ ਮੇਰੀ ਝੋਲੀ ਅੱਲਾ ਭਰਦਾ ਹੈ ਹਜ਼ੂਰ ਦੇ ਸਦਕੇ ਭਰਦਾ ਹੈ ਤੇ ਨਾਲ ਦੇ ਨੂੰ ਵੇਖ ਕੇ ਖੁਸ਼ ਹੁੰਦਾ ਨਾ ਉਹ ਸੱਜਾ ਹੱਥ ਚੁੱਕ ਕੇ ਕਹੇਗਾ ਨਸੀਬਾ ਖੋਲ ਦੇ ਮੇਰਾ ਮਦਦ ਕਰ ਮੇਰੀ ਨਸੀਬਾ ਖੋਲ ਦੇ ਮੇਰਾ ਮਦਦ ਕਰ ਮੇਰੀ ਮਹਿਰਾਨ ਬਾਈ ਜੀ ਇਸ ਆਗਾਜ਼ 'ਚ ਜੇ ਮੈਂ ਪੜ੍ਹਦਾ ਤਾਂ ਵੱਖਰਾ ਲੁਤਫ ਹੋਣਾ ਸੀ ਕਿਉਂਕਿ ਇਹਨਾਂ ਨੇ ਮੈਨੂੰ ਬਿਲਕੁਲ ਮਨਕਬਦ ਦੇ ਟਾਈਮ ਫਰਮਾਇਸ਼ ਕੀਤੀ ਹੈ ਇਹਦਾ ਇੱਕ ਸ਼ੇਰ ਬੜਾ ਖਾਸ ਹੈ ਨਸੀਬਾ ਖੋਲ ਤੇ ਮੇਰਾ ਨਸੀਬਾ ਖੋਲ ਤੇ ਮੇਰਾ ਦਿਲਾਂ ਦੇ ਪਿਆਰ ਸਫੀਨਾ ਨਸੀਬਾ ਖੋਲ ਤੇ ਮੇਰਾ ਦਿਲਾਂ ਦੇ ਪਿਆਰ ਸਫੀਨਾ ਮਰਨਾ ਜਾਵਾਂ ਕਿਤੇ ਮੈਂ ਮਰਨਾ ਜਾਵਾਂ ਕਿਤੇ ਮੈਂ ਮਰਨਾ ਜਾਵਾਂ ਖਾਦੀ ਸ਼ਹਿਰ ਮਦੀਨਾ ਕਿਤੇ ਮੈਂ ਮਰਨਾ ਜਾਵਾਂ ਖਾਦੀ ਸ਼ਹਿਰ ਅਸੀਂ ਸਾਰੇ ਗੇ ਦੁਨੀਆ ਸਾਰੇ ਗੇ ਦੁਨੀਆ ਅਸਾਂ ਤੇ ਤੇਰੀ ਵੇਣਾ ਦਮ ਦਮ ਘਰ ਵੇਲੇ ਅਸਾਂ ਅਲੀ ਅਲੀ ਵੇਣਾ ਹੋ ਦਮ ਦਮ ਘਰ ਵੇਲੇ ਅਲੀ ਵਾਲਾ ਹੱਥ ਚੁੱਕੀ ਅਲੀ ਵਾਲਾ ਸਾਰੇ ਗੇ ਦੁਨੀਆ ਸਾਰੇ ਗੇ ਦੁਨੀਆ ਅਸਾਂ ਤੇ ਤੇਰੀ ਵੇਣਾ
ਪਛਾਣ ਕਰਨੀ ਹੋਵੇ ਤੇ ਅਲੀ ਦਾ ਨਾਰਾ ਲਾਓ, ਜਿਹਦੇ ਲੱਭਾਂ ਤੇ ਮੁਸਕੁਰਾਹਟ ਆ ਜਾਏ ਉਹਦਾ ਵੀ ਪਤਾ ਚੱਲ ਜਾਂਦਾ, ਜਿਹੜਾ ਥੋੜਾ ਮਜ਼ੀਦ ਪਰੇਸ਼ਾਨ ਹੋ ਜਾਏ, ਜਿਹਦੇ ਮੱਥੇ ਤੇ ਵੱਡ ਪੈਣ ਲੱਗ ਜਾਏ ਉਹਦਾ ਵੀ ਪਤਾ ਚੱਲ ਜਾਂਦਾ। ਜਦੋਂ ਮੈਂ ਕਹਿਣਾ ਨਾ ਦਮ ਦਮ ਹਰ ਵੇਲੇ ਦੋਨੋਂ ਹੱਥ ਚੁੱਕੇ ਅਲੀ ਵਾਲਾ ਕਹੇਗਾ ਸਾਂ ਅਲੀ ਅਲੀ ਕਹਿਣਾ ਹੈ। ਓ ਦਮ ਦਮ ਹਰ ਵੇਲੇ ਅਸਾਂ ਅਲੀ ਅਲੀ ਬਾਜ਼ੂ ਤੰਦਰੁਸਤ ਨੇ ਮੌਲਾ ਅਲੀ ਦੇ ਨਾਂ ਤੇ ਹੱਥ ਚੁੱਕੇ ਨੇ। ਸਾਡਾ ਤੇ ਉਸ ਨੂੰ ਸਲਾਮੇ, 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 ਸਾਡਾ ਤੇ ਉਸ ਨੂੰ ਸਲਾਮੇ।
ਜਰਾ ਹੱਥ ਚੁੱਕੇ ਦੋ ਸਾਡਾ ਤੇ ਉਸ ਨੂੰ ਸਲਾਮੇ 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 ਹੱਥ ਚੁੱਕੇ ਅਲੀ 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 ਸਾਡਾ ਤੇ ਉਸ ਨੂੰ ਸਲਾਮੇ 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 ਅਲੀ 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 ਮਾਨਾ ਰਹਿ ਹੈ ਬਰੀ ਹੈ ਬਰੀ ਸਮੇਂ 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 ਆਖਰੀ ਸ਼ੇਰ ਮੈਂ ਤਰਾਨਾ ਬਾਪ ਦੀ ਸ਼ਾਨ ਫਿਰ ਪੜਾਂ ਜੇ ਹੈ ਗੁੰਜਾਇਸ਼ ਮੈਂ ਕਹਿੰਦਾ ਤਰਾਨਾ ਪੜਨ ਦੇ ਜੀ ਹਾਂ ਅੱਛਾ ਚਲੋ ਜੀ ਮਾਂ ਦੀ ਸ਼ਾਨ ਇੱਕ ਸ਼ੇਰ ਮੈਂ ਪੜ੍ਹ ਬਾਈ ਜਾਨ ਇੰਤਜ਼ਾਮੀਆ ਲੰਗਰ ਸ਼ਰੀਫ ਦਾ ਇਹਤਮਾਮ ਕੀਤਾ ਅੱਛਾ ਜੀ ਠੀਕ ਹੈ ਲੰਗਰ ਸ਼ਰੀਫ ਦਾ ਇਹਤਮਾਮ ਹੈ ਇੰਤਜ਼ਾਮੀਆ ਦੀ ਤਰਫੋਂ ਪਲੀਜ਼ ਲੰਗਰ ਸ਼ਰੀਫ ਲੈ ਕੇ ਜਾਣਾ ਹੈ ਖਾ ਕੇ ਜਾਣਾ ਹੈ ਮਾਂ ਬਾਪ ਦੀ ਸ਼ਾਨ ਕਿਉਂਕਿ ਮੇਰੇ ਭਾਈਆਂ ਦੇ ਸਲਾਨਾ ਬਰਸੀ ਵੀ ਹੈ ਵਾਲਿਦ ਸਾਹਿਬ ਦੀ ਉਹਨਾਂ ਦੇ ਸਾਲੇ ਸੁਭਾਅ ਵਾਸਤੇ ਵੀ ਇੱਕ ਸ਼ੇਰ ਪੜਾਂਗਾ ਔਰ ਉਹਦੇ ਨਾਲ ਹੀ ਇੱਕ ਸ਼ੇਰ ਤਰਾਂਗਾ ਔਰ ਇਜਾਜ਼ਤ ਧੁੱਪਾਂ ਦਾ ਨੀ ਡਰ ਮੈਨੂੰ ਛਾਵਾਂ ਮੇਰੇ ਨਾਲ ਨੇ ਲੋਕੋ ਮਾਂ ਬਾਪ ਦੀਆਂ ਦੁਆਵਾਂ ਮੇਰੇ ਨਾਲ ਨੇ ਲੋਕੋ ਮਾਂ ਬਾਪ ਦੀਆਂ ਦੁਆਵਾਂ ਮੇਰੇ ਨਾਲ ਨੇ ਲੋਕੋ ਮਾਂ ਬਾਪ ਦੀਆਂ ਹਾਏ ਦੁੱਖ ਕਿਸਨੂੰ ਸੁਣਾਵਾਂ ਦੁੱਖ ਕਿਸਨੂੰ ਸੁਣਾਵਾਂ ਵਠੰਡੀਆਂ ਛਾਵਾਂ ਕਿੱਥੇ ਤੁਰ ਗਈ ਮਾਏ
ਤੁਮ ਸਰਦਾ ਪਹਾਏ ਦੁੱਖ ਕਿਸਨੂੰ ਸੁਣਾਵਾਂ ਦੁੱਖ ਕਿਸਨੂੰ ਪਾਈ ਪਾਈਆਂ ਤੇ ਕਰਦੀ ਹੁੰਦੀ ਪਾਈ ਪਾਈਆਂ ਦੀਆਂ ਪਾਪ ਚੁੱਕੋ ਪਾਪਨ ਸਿਰ ਦਾ ਸਾਜ ਮੁਹੰਮਦ ਪਾਪਨ ਸਿਰ ਦਾ ਸਾਜ ਮੁਹੰਮਦ ਮਾਂ ਠੰਡੀਆਂ ਛਾਵਾਂ ਮਾਵਾਂ ਏ ਮਾਵਾਂ ਆ ਜੰਨਤ ਦਾ ਦਰਜਾਂ ਮਾਂ ਜੰਨਤ ਦਾ ਦਰਜਾਂ ਜਾ ਦੁਨੀਆ ਫਿਰ ਲੈ ਪਿਓ ਦੀ ਸ਼ਫਕਤ ਵੱਖਰੀ ਏ ਓ ਦੁਨੀਆ ਫਿਰ ਲੈ ਪਿਓ ਦੀ ਸ਼ਫਕਤ ਵੱਖਰੀ ਏ ਓ ਦੁਨੀਆ ਫਿਰ ਲੈ ਪਿਓ ਦੀ ਸ਼ਫਕਤ ਵੱਖਰੇ ਜੱਗ ਤੋਂ ਲਾਡ ਮੁਹੱਬਤ ਵੱਖਰੀ ਏ ਦੁਨੀਆ ਫਿਰ ਲੈ ਪਿਓ ਦੀ ਸ਼ਫਕਤ ਵੱਖਰੀ ਏ ਓ ਦੁਨੀਆ ਫਿਰ ਲੈ ਪਿਓ ਦੀ ਸ਼ਫਕਤ ਵੱਖਰੀ ਫਿਰ ਲੈ ਪਿਓ ਦੀ ਸ਼ਫਕਤ ਵੱਖਰੀ ਏ ਆਏ ਦੁਨੀਆ ਫਿਰ ਲੈ ਪਿਓ ਦੀ ਸ਼ਫਕਤ ਵੱਖਰੀ ਏ ਲੋਕਾਂ ਪਾਣੇ ਤੇ ਸ਼ਕ ਗਾਲਾਂ ਪਿਓ ਦੀਆਂ ਨੇ ਕਮਲੇ ਕੀ ਜਾਣਨ ਏ ਤੇ ਨਾਲਾਂ ਕਿਉਂ ਦੀਆਂ ਨੇ ਕਸਮੇ ਵਿੱਚ ਵੀ ਲਜ਼ਤ ਵੱਖਰੀ ਕਸਮੇ ਘੂਰੀਆਂ ਵਿੱਚ ਵੀ ਲਜ਼ਤ ਵੱਖਰੀ ਜਾ ਦੁਨੀਆ ਫਿਰ ਲੈ ਪਿਓ ਦੀ ਸ਼ਫਕਤ ਵੱਖਰੀ ਓ ਦੁਨੀਆ ਫਿਰ ਲੈ ਪਿਓ ਦੀ ਸ਼ਫਕਤ ਵੱਖਰੀ ਫਿਰ ਲੈ ਪਿਓ ਦੀ ਸ਼ਫਕਤ ਵੱਖਰੀ ਏ ਵੱਖਰੀ ਏ ਹੈ ਦੁਨੀਆ
ਆ ਫਿਰ ਲੈ ਪਿਓ ਦੀ ਸ਼ਫਕਤ ਵਖਰੀ ਆ ਵਖਰੀ ਏ ਦੁਨੀਆ ਫਿਰ ਲੈ ਪਿਓ ਦੀ ਸ਼ਫਕਤ ਵਖਰੀ ਓ ਦੁਨੀਆ ਫਿਰ ਲੈ ਪਿਓ ਦੀ ਸ਼ਫਕਤ ਵਖਰੀ ਓ ਦੁਨੀਆ ਫਿਰ ਲੈ ਪਿਓ ਦੀ ਆਪਣੀ ਕਬਰੇ ਅਨਵਰ ਉਹਨਾਂ ਦੀ ਕਬਰੇ ਅਨਵਰ ਨੂੰ ਆਪਣੇ ਨੂਰ ਨਾਲ ਮੁਨੱਵਰ ਫਰਮਾਏ ਜਿਨ੍ਹਾਂ ਦੇ ਮਾਂ ਬਾਪ ਹਯਾਤ ਨੇ ਅੱਲਾ ਖਿਦਮਤ ਕਰਨ ਦੀ ਤੋਫੀਕ ਅਤਾ ਫਰਮਾਏ ਜਿਨ੍ਹਾਂ ਦੇ ਮਾਂ ਬਾਪ ਇਸ ਦੁਨੀਆਂ ਤੋਂ ਚਲੇ ਗਏ ਨੇ ਅੱਲਾ ਜੰਨਤ ਉੱਤੇ ਦੋਸਤ ਵਾਲਾ ਮੁਕਾਮ ਅਤਾ ਫਰਮਾਏ ਇੱਕ ਤਰਾਨਾ ਖਤਮੇ ਨੂੰ ਬਹੁਤ ਮੈਂ ਪੜ੍ਹਿਆ ਸੀ ਬਲਕਿ ਅਮੀਰੁਲ ਮੁਜਾਹਿਦੀਨ ਹਜ਼ਰਤ ਲਾਮਾ ਖਾਦਮ ਹੁਸੈਨ ਰਿਜ਼ਵੀ ਰਹਿਮਤੁੱਲਾ ਤਾਲਾ ਲੈ ਆਪ ਨੇ ਹੁਕਮ ਫਰਮਾਇਆ ਔਰ ਆਪ ਦੇ ਹੁਕਮ 'ਤੇ ਰਿਕਾਰਡ ਹੋਇਆ ਔਰ ਪੈਸਿਆਂ ਦੀ ਸੂਰਤ 'ਚ ਮੈਨੂੰ ਇਨਾਮ ਪੇਸ਼ ਕੀਤਾ ਨਾ ਚੀਜ਼ ਨੂੰ ਅਤੇ ਫਰਮਾਉਣ ਲੱਗੇ ਇਹ ਮੈਂ ਤੈਨੂੰ ਕੁਛ ਨਹੀਂ ਪਿਆ ਦਿੰਦਾ ਇੱਕ ਚੀਜ਼ ਦੀ ਗਰੰਟੀ ਹੈ ਤੇਰਾ ਨਾਮ ਇਸ ਜਹਾਨ 'ਚ ਵੀ ਹੈ ਤੇਰਾ ਨਾਮ ਅਗਲੇ ਜਹਾਨ 'ਚ ਵੀ ਹੈ ਕਿਉਂ ਜਿਹੜਾ ਬੰਦਾ ਸਰਕਾਰ ਦੀ ਨਮੂਸ ਦੀ ਖਾਤਰ ਇੱਕ ਕਦਮ ਹੀ ਆਪਣੇ ਘਰੋਂ ਬਾਹਰ ਕੱਢਦਾ ਅੱਲਾ ਉਹਨੂੰ ਇੱਜ਼ਤ ਅਤਾ ਕਰਦਾ ਹੈ ਪੂਰੀ ਮਹਿਫਲ ਸਾਰੀ ਰਾਤ ਇੱਕ ਇੱਕ ਫਰਦ ਦਾ ਇੰਤਜ਼ਾਮੀਆ ਦੀ ਤਰਫੋਂ ਮੈਂ ਸ਼ੁਕਰੀਆ ਅਦਾ ਕਰਨਾ ਪਾਸੀਬਲ ਹੁੰਦਾ ਮੈਂ ਤੁਹਾਡੇ ਹੱਥ ਚੁੰਮਦਾ ਆ ਕੇ ਜਿੰਨੇ ਇਸ ਟਾਈਮ ਤੁਸੀਂ ਖੜ੍ਹੇ ਹੋ